ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਆ, ਇਸ ਧਰਤੀ ਦਾ ਫਿਕਰ ਕੀਤਾ, ਪਾਣੀਆਂ ਦਾ ਫਿਕਰ ਕੀਤਾ, ਜਵਾਨੀ ਦਾ ਫਿਕਰ ਕੀਤਾ। ਹਮੇਸ਼ਾ ਮੇਰੇ ਚੈੱਕ ਤਾਂ ਕਰ ਲਓ ਇਸ ਬੰਦੇ ਦਾ ਕਿਰਦਾਰ ਕਿ ਇੱਕੋ ਰੱਸੇ ਨਾ ਨਾ ਲਗਾਈ ਜਾਓ। ਉਹ ਠੀਕ ਹੈ, ਪੋਲਿਸੀਜ਼ ਦਾ ਵਿਰੋਧ ਕਰੋ, ਲੇਕਿਨ ਗੁੱਸੇ 'ਚ ਨਾ ਆਓ, ਕ੍ਰੋਧ ਨਹੀਂ। ਹੋਮੇ ਜਿਹੜੀ ਹੈ ਨਾ ਉਹ ਕਿਸੇ ਬੰਨੇ ਨਹੀਂ ਲੱਗਣ ਦਿੰਦੀ ਸਾਨੂੰ। ਪਹਿਲੇ ਹੋਮੇ ਦੀਰਘ ਰੋਗ ਹੈ, ਬਾਣੀ 'ਚ ਕਿਹਾ ਆ, ਜਿਨ ਪ੍ਰੇਮ ਕੀਆ ਤਿੰਨ ਹੀ ਭਰਾ। ਇਸ ਗੱਲ 'ਤੇ ਜ਼ੋਰ ਦਿੱਤਾ, ਯਾਰ ਗੱਲ ਸੁਣੋ, ਆਪਾਂ ਇਕੱਠੇ ਹੋ ਜਾਵਾਂਗੇ, ਆਪਾਂ ਨੂੰ ਸ਼ਰਮਿੰਦੇ ਨਾ ਹੋਣਾ ਪਵੇ। ਮੈਂ ਕਿਹੜਾ ਕੋਈ 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 ਸੁਲੇਮਾਨੀ ਟੋਪੀ ਲਈ ਆ ਵੀ ਛੁਪ ਕੇ ਚੱਲ ਜਾਵਾਂ। ਬਹੁਤ ਸ਼ਾਨਦਾਰ ਮੀਟਿੰਗ ਹੋਈ, ਬੜੀ ਕਾਮਯਾਬ ਮੀਟਿੰਗ ਹੋਈ। ਹੁਣ ਕੋਰ ਕਮੇਟੀ ਦੀ ਮੀਟਿੰਗ ਵੀ ਚੱਲ ਰਹੀ ਹੈ, ਔਰ ਮੈਂ ਫਰੀਦਕੋਟ ਹਲਕਾ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬੋਲਦਾ, ਨਮਸਕਾਰ ਬੋਲਦਾ, ਔਰ ਜੈ ਫਰੀਦ, ਹੱਕ ਫਰੀਦ, ਧੰਨ ਗੁਰੂ ਬਾਬਾ ਨਾਨਕ ਮਹਾਰਾਜ। ਕੋਈ ਨੀ, ਉਹ ਆਪਣੀਆਂ ਮੰਗਾਂ ਲਈ ਜੋ ਉਹਨਾਂ ਦਾ ਹੱਕ ਨੇ ਉਹਨਾਂ ਲਈ ਉਹ ਆਵਾਜ਼ ਤਰੀਕੇ ਨਾਲ ਉਠਾ ਰਿਹਾ ਆ। ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਇਹ ਮਸਲੇ ਹੱਲ ਹੋ ਸਕਣ, ਤਾਂ ਕਿ ਹਮੇਸ਼ਾ ਪੰਜਾਬ ਸ਼ਾਂਤ ਰਿਹਾ। ਮੇਰੀ ਹੱਥ ਜੋੜ ਕੇ ਕੋਈ ਬੇਨਤੀ ਹੈ ਕਿ ਆਪਣੀ ਗੱਲ ਜ਼ਰੂਰ ਕਰਨ ਕਿਸਾਨ, ਲੇਕਿਨ ਮੁਹੱਬਤ ਦਾ ਦਾਮਨ ਨਾ ਛੱਡੋ, ਵਾਇਲੈਂਟ ਨਾ ਹੋਵੋ, ਗੁੱਸੇ 'ਚ ਨਾ ਹੋਵੋ, ਕਿਉਂਕਿ ਆਪਣੇ ਸਤਿਗੁਰਾਂ ਨੇ ਆਪਾਂ ਨੂੰ ਕਿਹਾ ਸੀ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਮੁਹੱਬਤ ਨਾਲ ਬੈਠ ਕੇ ਵਾਦ ਸੰਵਾਦ ਨਾਲ, ਇੰਟਰੈਕਸ਼ਨ ਨਾਲ ਸਾਰੇ ਹੀ ਮਸਲੇ ਹੱਲ ਹੋ ਸਕਦੇ ਆ। ਗੁੱਸੇ ਕ੍ਰੋਧ ਨਾਲ ਜਾਂ ਇਸ ਤਰ੍ਹਾਂ ਕੋਈ ਵੀ ਮਸਲਾ ਹੱਲ ਨਹੀਂ ਹੋਣ ਵਾਲਾ। ਆਓ ਆਪਾਂ ਆਪਣੇ ਪੀਰਾਂ ਪੈਗੰਬਰਾਂ ਗੁਰੂਆਂ ਗੁਰੂ ਸਾਹਿਬਾਨ ਦੀ ਜੋ ਪੂਰਨੇ ਪਾਏ ਆ, ਜੋ ਉਹਨਾਂ ਨੇ ਫਲਸਫਾ ਦਿੱਤਾ, ਉਹਨਾਂ ਨੇ ਤਾਂ ਸਾਨੂੰ ਪਿਆਰ ਸਿਖਾਇਆ ਸੀ ਕਿ ਸਾਨੂੰ ਪਿਆਰ ਹੀ ਕਰਨਾ ਚਾਹੀਦਾ। ਬਾਕੀ ਮਸਲੇ ਜਾਇਜ਼ ਹੈ, ਉਹ ਹੱਲ ਕਰਾਵਾਂਗੇ। ਇਸੇ ਕਰਕੇ ਇੱਥੇ ਆਏ ਦਿੱਲੀ ਛੱਡ ਕੇ। ਸਰ, ਦੋ ਦਿਨ ਪਹਿਲਾਂ ਤੁਹਾਨੂੰ ਹਾਈ ਕਮਾਂਡ ਨੇ ਬੁਲਾਇਆ ਸੀ, ਉੱਥੇ ਤੁਸੀਂ ਇਹ ਗੱਲ ਕੀਤੀ ਹੈ ਕਿਸਾਨਾਂ ਦੀ? ਮੈਂ ਦੋ ਦਿਨ ਪਹਿਲਾਂ ਨਹੀਂ, ਮੈਂ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ ਕਰ ਰਿਹਾ। ਯੂਟਿਊਬ ਚੈੱਕ ਕਰਨ ਕਿਸਾਨ ਜਥੇਬੰਦੀਆਂ ਵੀ ਕਿ ਮੇਰਾ ਰੋਲ ਕੀ ਰਿਹਾ ਪਹਿਲੇ ਅੰਦੋਲਨ ਵਿੱਚ ਤੋਂ ਲੈ ਕੇ ਹੁਣ ਤੱਕ। ਜੇ ਕੋਈ ਮੇਰੇ ਤੋਂ ਗੁਸਤਾਖੀ ਹੋਈ ਹੋਵੇ, ਅਨਬੈਲੈਂਸਡ ਹੋਇਆ ਹੋਵਾਂ ਕਿਸੇ ਵੀ ਪਾਰਟੀ ਦੀ, ਜਾਂ ਕੋਈ ਇਸ ਤਰ੍ਹਾਂ ਦੀ ਮੈਂ ਓਵਰ ਚਮਚਗਿਰੀ ਕੀਤੀ ਹੋਵੇ, ਝੋਲੀ ਚੁੱਕ ਬਣਿਆ ਹੋਵਾਂ, ਤਾਂ ਮੈਂ ਤੁਹਾਡਾ ਗੁਨਾਹਗਾਰ ਹਾਂ। ਜੇ ਮੈਂ ਤੁਹਾਡੀਆਂ ਹੀ ਆਵਾਜ਼ਾਂ ਬਾਬੁਲੰਦ ਤਰੀਕੇ ਨਾਲ ਕਰਦਾ ਰਿਹਾ, ਟਾਰਾਂ ਮਾਰਦਾ ਰਿਹਾ ਕਿ ਆਓ ਕਿਸਾਨ ਸਾਡੇ ਭਰਾ ਨੇ, ਸਾਡੀਆਂ ਬਾਹਾਂ ਨੇ, ਅਸੀਂ ਸਾਡਾ 9 ਮਾਸ ਦਾ ਰਿਸ਼ਤਾ, ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤਰ ਹਾਂ, ਖੇਤਾਂ 'ਚ ਕੰਮ ਵਾਲੇ ਮਜ਼ਦੂਰ ਕਰਨ ਵਾਲੇ, ਤੋ ਮੇਰਾ ਉਹ ਰਿਸ਼ਤੇ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਪਹਿਲੇ ਅੰਦੋਲਨ 'ਚ ਪ੍ਰੈਸ ਕਾਨਫਰੰਸ ਇੱਕ ਦੋ ਵਾਰੀ ਕੀਤੀ ਆ, ਉਹ ਤੁਸੀਂ ਚੈੱਕ ਕਰ ਲਓ। ਮੈਂ ਕਿਹਾ ਆਓ ਮੈਂ ਲੈ ਕੇ ਚੱਲਦਾ ਪ੍ਰਧਾਨ ਮੰਤਰੀ ਜੀ ਕੋਲ। ਫਿਰ ਕੋਸ਼ਿਸ਼ਾਂ ਕਰਾਈਆਂ, ਫਿਰ ਮੈਂ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨਾਲ ਪਹਿਲੇ ਵਾਰੀ, ਜਿਹੜੇ ਸਭ ਤੋਂ ਬੌਧਿਕ ਮੇਰੇ ਹਿਸਾਬ ਨਾਲ ਕਿਸਾਨ ਲੀਡਰ ਆ ਰਾਜੇਵਾਲ ਸਾਹਿਬ, ਮੈਂ ਬੜਾ ਉਹਨਾਂ ਨੂੰ ਪਿਆਰ ਕਰਦਾ, ਉਹਨਾਂ ਨਾਲ ਮੈਂ ਗੱਲ ਕਰਾਈ ਸੀ, ਉਹਨਾਂ ਨੂੰ ਪੁੱਛ ਲਿਓ ਪਹਿਲੀ ਵਾਰੀ ਤੋਮਰ ਸਾਹਿਬ ਦੀ। ਜਦੋਂ ਮੀਡੀਆ 'ਚ ਸਾਰੇ ਕਿਸਾਨ ਜਥੇਬੰਦੀਆਂ ਕਹਿੰਦੇ ਅਫਸਰ ਹੀ ਯਾਰ ਸਾਨੂੰ ਮਿਲਦੇ, ਵਜ਼ੀਰ ਨਹੀਂ ਕੋਈ ਮਿਲਦਾ, ਮੈਂ ਕਿਹਾ ਵਜ਼ੀਰ ਵੀ ਬੰਦੇ ਆ, ਮੈਂ ਲੱਭਦਾ। ਮੈਂ ਜਾ ਗਿਆ ਘਰ ਤੋਮਰ ਸਾਹਿਬ ਦੇ, ਆਪਣੇ ਫੋਨ ਤੋਂ ਫੋਨ ਮਿਲਾ ਕੇ ਰਾਜੇਵਾਲ ਸਾਹਿਬ ਨਾਲ ਗੱਲ ਕਰਾਈ, ਪੁੱਛ ਲਿਓ। ਫਿਰ ਉਹਨਾਂ ਦੀਆਂ ਇੰਟਰਵਿਊਜ਼ ਕਰਾਈਆਂ ਵੱਖ ਵੱਖ ਚੈਨਲਾਂ 'ਤੇ, ਉਸ ਤੋਂ ਬਾਅਦ ਮੈਂ ਲੱਗਾ ਰਿਹਾ। ਇੱਕ ਤੁਸੀਂ ਇਹ ਤਾਂ ਸੋਚੋ ਕਿ ਜੇ ਮੈਂ ਉੱਥੇ ਬੈਠਾ ਹਾਂ ਤੁਹਾਡਾ ਨੁਮਾਇੰਦਾ, ਬੇਸ਼ੱਕ ਮੈਂ ਦਿੱਲੀਓਂ ਜਿੱਤਿਆ, ਪਾਰਲੀਮੈਂਟ ਵਿੱਚ ਜਿੰਨੀ ਵਾਰੀ ਵੀ ਬੋਲਿਆ
ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਆ, ਇਸ ਧਰਤੀ ਦਾ ਫਿਕਰ ਕੀਤਾ, ਪਾਣੀਆਂ ਦਾ ਫਿਕਰ ਕੀਤਾ, ਜਵਾਨੀ ਦਾ ਫਿਕਰ ਕੀਤਾ। ਹਮੇਸ਼ਾ ਮੇਰੇ ਚੈੱਕ ਤਾਂ ਕਰ ਲਓ ਇਸ ਬੰਦੇ ਦਾ ਕਿਰਦਾਰ ਕਿ ਇੱਕੋ ਰੱਸੇ ਨਾ ਨਗਾਈ ਜਾਓ। ਨਹੀਂ ਜਿਵੇਂ ਤੁਸੀਂ ਗੱਲ ਕਹੀ ਹੈ ਨਾ, ਪਹਿਲੇ ਦਿਨ ਜਿੱਦਾਂ ਦੇ ਰੋਣ ਸੀ ਤੁਹਾਡਾ, ਹਾਂਜੀ ਕਿਸਾਨਾਂ ਨੇ ਇਹ ਗੱਲ ਕਹੀ ਹੈ, ਆਉਂਦੇ ਸੀ ਹੰਸ ਰਾਜ ਦਾ ਵਿਰੋਧ ਨਹੀਂ ਕਰਦੇ, ਉਹ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਬਣਿਆ ਤਾਂ ਉਹ ਵਿਰੋਧ ਕਰ ਰਹੇ। ਉਹ ਠੀਕ ਹੈ, ਪਾਲਿਸੀਜ਼ ਦਾ ਵਿਰੋਧ ਕਰੋ, ਲੇਕਿਨ ਗੁੱਸੇ 'ਚ ਨਾ ਆਓ, ਕ੍ਰੋਧ ਨਹੀਂ। ਹਉਮੈ ਜਿਹੜੀ ਹੈ ਨਾ, ਉਹ ਕਿਸੇ ਬੰਨੇ ਨਹੀਂ ਲੱਗਣ ਦਿੰਦੀ। ਸਾਨੂੰ ਪਹਿਲਾਂ ਹਉਮੈ ਦੀਰਘ ਰੋਗ ਹੈ, ਬਾਣੀ 'ਚ ਕਿਹਾ ਆ, ਜਿਨ ਪ੍ਰੇਮ ਕੀਆ ਤਿੰਨ ਹੀ ਭਰਾ। ਇਸ ਗੱਲ ਤੇ ਜ਼ੋਰ ਦਿੱਤਾ, ਯਾਰ ਗੱਲ ਸੁਣੋ, ਆਪਾਂ ਫੇਰ ਇਕੱਠੇ ਹੋ ਜਾਾਂਗੇ, ਆਪਾਂ ਨੂੰ ਸ਼ਰਮਿੰਦੇ ਨਾ ਹੋਣਾ ਪਵੇ, ਰਹਿਣਾ ਤਾਂ ਇੱਥੇ ਹੀ ਆ ਨਾ। ਮੈਂ ਪੇਂਡੂ ਆ, ਮੈਂ ਪਿੰਡ 'ਚ ਹੀ ਰਹਿਣਾ। ਮੈਂ ਸਰ ਤੁਹਾਡੀ ਕਿ ਪੁਰਾਣੀ ਵੀਡੀਓ ਨੂੰ ਲੈ ਕੇ ਕਟਾਸ ਕੀਤੇ ਜਾਂਦੇ ਆ ਕਿਸਾਨ ਯੂਨੀਅਨ। ਯਾਰ ਪੁਰਾਣੀਆਂ ਵੀਡੀਓ ਕੱਟ ਕੱਟ ਕੇ ਲਾਈ ਜਾਂਦੇ, ਕਟਾਸ ਨੂੰ ਛੱਡੋ, ਹੁਣ ਪ੍ਰੈਜੈਂਟ ਗੱਲ ਕਰੋ। ਅੱਜ ਸਰ ਉਹ ਤਾਂ ਤੁਹਾਨੂੰ ਪਤਾ, ਇਲੈਕਸ਼ਨ ਤੇ ਕੱਟ ਵੱਢ ਕੇ ਅਗਲਾ ਹਿੱਸਾ ਵੀ ਕੱਟ ਦਿੰਦੇ ਆ, ਪਿਛਲਾ ਵੀ ਕੱਟ ਦਿੰਦੇ ਆ। ਅਗਲਾ ਉਹ ਟਾਰਗੇਟ ਤਾਂ ਕਰਨਾ ਹੀ ਭਰਾ, ਜਿਹਨੂੰ ਲੱਗਦਾ ਸੀਟ ਇਹਨੇ ਲੈ ਜਾਣੀ ਆ, ਉਹਦਾ ਤੇ ਜਾਨ ਨਿਕਲਦੀ। ਉਹ ਪੈਸੇ ਦੇ ਕੇ ਉਹ ਕਰਾਉਂਦੇ ਆ, ਐਡਿਟ ਕਰਾਉਂਦੇ ਆ। ਤੁਹਾਡਾ ਭਰਾ ਤਾਂ ਕੁੰਡੀ ਲਾ ਕੇ ਵੀ ਉਦਾਂ ਹੀ ਬੋਲਦਾ, ਮੀਡੀਆ 'ਚ ਵੀ ਉਦਾਂ ਬੋਲਦਾ। ਦੱਸੋ, ਡਬਲ ਸਟੈਂਡਰਡ ਮੈਂ ਕਦੀ ਹੋਇਆ? ਮੈਂ ਦਿੱਲੀਓ ਜਿੱਤਿਆ ਸੀ, ਮੈਂ ਚਮਚਗਿਰੀ ਕਰਕੇ ਹੁਣ ਵਜ਼ੀਰ ਨਾ ਬਣਿਆ ਹੁੰਦਾ? ਮੈਂ ਕਿਹਾ ਨਹੀਂ, ਮੈਂ ਆਪਣੇ ਲੋਕਾਂ ਦੀ ਗੱਲ ਕਰਨੀ ਆ, ਜ਼ਿਮੀਂਦਾਰਾਂ ਦੀ ਗੱਲ ਕਰਨੀ ਆ, ਮੇਰਾ ਰਿਸ਼ਤਾ, ਮੈਂ ਖੁਦ ਵਾਢੀਆਂ ਕੀਤੀਆਂ, ਮੈਂ ਰਿਹਾ, ਮੈਨੂੰ ਪਤਾ ਹੈ ਜਾਇਜ਼ ਮੰਗਾਂ। ਪ੍ਰਧਾਨ ਮੰਤਰੀ ਜੀ ਨੇ 3 ਮੰਗਾਂ ਮੰਨੀਆਂ ਉਦੋਂ, ਜਦੋਂ ਅਹਿਸਾਸ ਹੋਇਆ। ਪਰ ਜਿੰਨੇ ਬਾਕੀ ਸੀਗੇ ਕਿਸਾਨੀ ਨਾਲ ਸੰਬੰਧਿਤ, ਵਜ਼ੀਰ ਵੱਡੇ, CM ਤੱਕ ਸੀਗੇ, ਉਹਨਾਂ ਨੇ ਕਦੀ ਤੁਹਾਡੀ ਆਵਾਜ਼ ਉੱਥੇ ਸਹੀ ਤਰੀਕੇ ਨਾਲ ਪਹੁੰਚਾਈ ਹੈ? ਅੰਬਾਲੇ ਤੋਂ ਉਰੇ ਹੋਰ ਗੱਲਾਂ ਕਰਦੇ ਆ, ਅੰਬਾਲਾ ਟੱਪਦੇ ਹੀ ਉੱਥੇ ਚਮਚਗਿਰੀ ਕਰਨ ਲੱਗ ਪੈਂਦੇ ਆ। ਮੈਂ ਤਾਂ ਮਰ ਜਾਵਾਂ, ਮੈਂ ਆਪਣੇ ਲੋਕਾਂ 'ਚੋਂ ਜੇ ਦੂਰ ਜਾਵਾਂ, ਮੈਨੂੰ ਹੁਣੇ ਮੌਤ ਆ ਜਾਵੇ ਜੇ ਮੈਂ ਆਪਣੇ ਲੋਕਾਂ ਨਾਲ ਹੇਰਾ ਫੇਰੀ ਕਰਾਂ, ਜੇ ਮੇਰਾ ਪੁਰਾਣਾ ਕਿਰਦਾਰ। ਯਾਰ ਦੇਖੋ ਸਹੀ, ਬੰਦਾ ਕਿੱਦਾਂ ਚੱਲਿਆ, ਕਿੱਥੋਂ ਚੱਲਿਆ। ਰੋਜ਼ ਦਾ 15-20 ਲੱਖ ਰੁਪਈਆ ਆਉਂਦਾ ਸੀ, ਬੜੇ ਸੋਹਣੇ ਗਾਣੇ ਗੁਣੇ, ਵਾਲ ਇੱਦਾਂ ਹਿਲਾਏ ਸੀ, ਤੇ ਮੈਂ ਨਾਂ ਵਾਂਗੂ ਕਰਦਾ, ਲੋਕੀ ਨੋਟਾਂ ਦੀਆਂ ਬਰਸਾਤਾਂ ਕਰਦੇ ਸੀ। ਛੱਡ ਕੇ ਤੁਹਾਨੂੰ 100 ਲੱਗੇ, ਮੈਂ ਕਦੀ ਕੋਈ ਪ੍ਰੋਗਰਾਮ ਮੈਨੂੰ ਕਰਦੇ ਦੇਖਿਆ ਹੋਵੇ? ਯਾਰ ਲੋਕੀ ਐਕਟਿੰਗ ਵੀ ਕਰੀ ਜਾਂਦੇ, ਗਾਣੇ ਵੀ ਗਾਈ ਜਾਂਦੇ, ਸਿਆਸਤ ਵੀ ਕਰੀ ਜਾਂਦੇ। ਤੁਹਾਡੇ ਭਰਾ ਨੇ ਜਿੱਦਣ ਪਹਿਲਾ ਇਲੈਕਸ਼ਨ ਲੜਿਆ, ਉਦਣ ਐਲਾਨ ਕੀਤਾ ਬਸ ਤਮਾਸ਼ਾ ਬੰਦ, ਹੁਣ ਮੈਂ ਪੇਮੈਂਟ ਲੈ ਕੇ ਨਹੀਂ ਗਾਇਆ ਕਰਨਾ, ਮੁਫਤ ਗਾਇਆ ਕਰਨਾ। ਜਿਹੜੇ ਮੈਨੂੰ ਵੋਟ ਤੇ ਸਪੋਰਟ ਕਰਦੇ, ਉਹਨਾਂ ਨੂੰ ਸ਼ਗਨ ਵੀ ਦਿੰਦਾ, ਬੱਚਿਆਂ ਨੂੰ ਗਾਣਾ ਵੀ ਗਾ ਕੇ ਉਹਨਾਂ, ਸੂਫੀ ਗਵਾਓ, ਕੀਰਤਨ ਕਰਵਾਓ, ਲੇਕਿਨ ਮੈਂ ਪੈਸੇ ਲੈ ਕੇ ਹੁਣ ਖਾੜੇ ਨਹੀਂ ਲਾਉਣੇ, ਕਿਉਂਕਿ ਤੁਸੀਂ ਮੈਨੂੰ ਜਿਤਾ ਦਿਓਗੇ। ਮੁੜ ਕੇ ਮੈਂ ਵੜਿਆ ਹੀ ਨਾ ਹਲਕੇ 'ਚ, ਹੁਣ ਦੇਖਿਆ ਨੀ ਦਿੱਲੀ, ਮੈਂ ਜੰਮ ਗਿਆ ਸੀ ਦਿੱਲੀ ਜਿਹਨਾਂ ਨੇ ਜਿਤਾਇਆ ਸੀ। ਇਸ ਕਰਕੇ ਮੇਰੇ ਤੇ ਯਕੀਨ ਕਰੋ, ਮੇਰਾ ਹੱਥ ਜੋੜ ਕੇ ਬੇਨਤੀ ਹੈ ਕਿਸਾਨਾਂ ਨਾਲ ਸਰ, ਅੱਜ ਖੜੇ ਬਾਹਰ। ਹਾਂਜੀ, ਕਿਸਾਨਾਂ ਨੂੰ ਮੈਂ ਹੱਥ ਮਿਲਾ ਕੇ ਫੁੱਲ ਫਲ ਸਿੱਟ ਕੇ, ਤੁਹਾਡੇ ਕੋਈ ਮੀਟਿੰਗ ਵਗੈਰਾ ਜਾਂ ਕੁਝ ਹੋਇਆ? ਨਹੀਂ, ਮੀਟਿੰਗ ਕਰਨੀ ਚਾਹੁੰਗੇ ਤਾਂ ਮੈਂ ਕਿਹੜਾ ਕੋਈ 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 ਸੁਲੇਮਾਨੀ ਟੋਪੀ ਲਈ ਆ ਵੀ ਛੁਪ ਕੇ ਚੱਲ ਜਾਵਾਂ। ਤੁਹਾਡੇ ਵੱਲੋਂ ਕੋਈ ਸੰਦੇਸ਼ ਭੇਜਿਆ ਗਿਆ ਮਿਲਣ ਵਾਸਤੇ? ਹਾਂਜੀ, ਤੁਹਾਡੇ ਵੱਲੋਂ ਕੋਈ ਸੰਦੇਸ਼ ਭੇਜਿਆ ਗਿਆ? ਨਹੀਂ, ਅਜੇ ਤੱਕ ਤਾਂ ਨਹੀਂ ਆਇਆ।